ਹਾਂਜੀ ਦੋਸਤੋ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੋ ਬਸ਼ੇਰੀਆਂ ਦਿਖਾ ਰਹੇ ਹਾਂ ਇੱਕ ਤਾਂ ਮਾਰਵਾੜੀ ਆ ਤੇ ਦੂਸਰੀ ਹੈਗੀ ਆ ਨੁਕਰੀ ਦੋਨੇ ਬਸ਼ੇਰੀਆਂ ਇੱਕੇ ਘਰੇ ਆ ਤੇ ਦੋਨੇ ਹੀ ਬਕਾਊ ਨੇ ਬਰਨਾਲੇ ਜ਼ਿਲ੍ਹੇ ਦੇ ਪਿੰਡ ਗਹਿਲ ਵਿਖੇ ਨੇ ਦੋਨੇ ਬਸ਼ੇਰੀਆਂ ਬਾਈ ਵੀਰ ਦੇ ਕੋਲੇ ਹੁਣ ਆਪਾਂ ਦੋਨਾ ਬਸ਼ੇਰੀਆਂ ਦੀ ਤੁਹਾਨੂੰ ਡਿਟੇਲ ਦੇ ਰਹੇ ਹਾਂ ਜਿਹੜੀ ਆ ਪਹਿਲੀ ਬਸ਼ੇਰੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਕਾਲੇ ਕਾਂਟੇ ਦੀ ਪੋਤੀ ਆ ਤੇ ਦੀਪਕ ਸ਼ਰਮਾ ਦੇ ਕੋਲੇ ਜਿਹੜਾ ਜਹਾਂਗੀਰ ਕੋੜਾ ਉਸ ਕੋੜੇ ਦੀ ਬੱਚੀ ਆ ਇਹ ਆ ਸਾਈਡ ਤੇ ਤੁਸੀਂ ਜਹਾਂਗੀਰ ਕੋੜੇ ਦੀ ਫੋਟੋ ਦੇਖ ਸਕਦੇ ਹੋ ਜਿਨ੍ਹਾਂ ਨੇ ਕੋੜਾ ਨਹੀਂ ਦੇਖਿਆ ਇਹ ਆ ਜੀ ਜਹਾਂਗੀਰ ਕੋੜਾ ਜੇਕਰ ਆਪਾਂ ਮਾਰਕਿੰਗ ਦੀ ਗੱਲ ਕਰੀਏ ਬੇਸ਼ੇਰੀ ਦੀ ਤਾਂ ਪਿਛਲੇ ਦੋ ਪੈਰ ਤੇ ਅਗਲਾ ਇੱਕ ਪੈਰ ਚਿੱਟਾ ਇਹਦਾ ਮੱਥੇ ਉੱਤੇ ਬਲੇਜ ਆ ਉਮਰ ਦੇ ਵਿੱਚ ਹੁਣ ਇਹ 16 ਮਹੀਨਿਆਂ ਦੀ ਹੋ ਗਈ ਆ 16 ਮਹੀਨੇ ਦੀ ਉਮਰ ਹੋ ਗਈ ਹੁਣ ਤੇ ਕਾਦੇ ਦਾ 60 ਇੰਚ ਆ ਲੈਂਥ ਤੇ ਬਣਤਰ ਤੁਸੀਂ ਚੈੱਕ ਕਰ ਸਕਦੇ ਹੋ ਬਸ਼ੇਰੀ ਦੀ ਬਹੁਤ ਜਿਆਦੇ ਸੋਹਣੀ ਆ ਕੁੰਡੀ ਵਾਲਾ ਕੰਨਾ ਐਂਡ ਪੂਰਾ ਪਿਓਰ ਸ਼ਕੀਨ ਮਾਰਵਾੜੀ ਕੁੰਡੀ ਵਾਲਾ ਕੰਨਾ ਬਾਕੀ ਬੇਲਬੂਲ ਲੰਮੀਆਂ ਬਸ਼ੇਰੀ ਦੀ ਸਕਰੀਨ ਦੇ ਉੱਤੇ ਆਪਾਂ ਵੀਰ ਦਾ ਨੰਬਰ ਦਿੱਤਾ ਹੋਇਆ 95014 25276 ਇਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਪਿੰਡ ਜਿਹੜਾ ਇਹ ਗਹਿਲਾ ਬਰਨਾਲੇ ਤੋਂ ਤਕਰੀਬਨ 18-20 ਕਿਲੋਮੀਟਰ ਦੂਰ ਆ ਤੇ ਦੂਜੀ ਸਾਈਡ ਤੋਂ ਜੇ ਆਪਾਂ ਦੇਖੀਏ ਮੋਗੇ ਵਾਲੇ ਪਾਸਿਓਂ ਤਾਂ ਉਧਰ ਜਿਹੜਾ ਬਲਾਸਪੁਰ ਤੇ 마ਸੀਕੇ ਪਿੰਡ ਰਹ ਜਾਂਦਾ ਉਹਨਾਂ ਪਿੰਡਾਂ ਦੀ ਮੇਨ ਰੋਡ ਦੀ ਬੈਕ ਸਾਈਡ ਤੇ ਪੈ ਜਾਂਦਾ ਪਿੰਡ ਇਹ ਸੋ ਬਾਕੀ ਦੀ ਜਿਹੜੀ ਲੋਕੇਸ਼ਨ ਦੀ ਗੱਲਬਾਤ ਹੁੰਦੀ ਆ ਤੁਸੀਂ ਨੰਬਰ ਆਪਾਂ ਤੁਹਾਨੂੰ ਦੇਤਾ ਬਾਈ ਵੀਰ ਦਾ ਉਹਦੇ ਨਾਲ ਕਾਲ ਕਰ ਲਿਓ ਬਸ਼ੇਰੀ ਤੁਸੀਂ ਦੇਖ ਸਕਦੇ ਹੋ ਸਭ ਪਣ ਚੰਗਾ ਬਸ਼ੇਰੀ ਦੇ ਵਿੱਚ ਐਨ ਖੜਦੀ ਖੁਰਦੀ ਚੰਗਾ ਆਪਦੇ ਆਪ ਨੂੰ ਸ਼ੋਅ ਬਹੁਤ ਕਰਦੀ ਆ ਹਾਈਟ 60 ਇੰਚ ਆ ਇਹਦੀ ਉਮਰ 16 ਮਹੀਨੇ ਆ ਜਹਾਂਗੀਰ ਦੀ ਬੱਚੀ ਆ ਇਹ ਕੰਨ ਤੁਸੀਂ ਦੇਖ ਸਕਦੇ ਹੋ ਕੁੰਡੀ ਵਾਲਾ ਜੁੜਮਾ ਕੰਨਾ ਹੁਣ ਆਪਾਂ ਤੁਹਾਨੂੰ ਇਹਨਾਂ ਦੀ ਆ ਦੂਸਰੀ ਬਸ਼ੇਰੀ ਦਿਖਾ ਰਹੇ ਆ ਨੁਕਰੀ ਇਹ ਜਿਹੜੀ ਬਸ਼ੇਰੀ ਆ ਇਹਦੀ ਉਮਰ ਆ ਜੀ 8 ਮਹੀਨੇ ਸਪੌਟਲੈਸ ਬਸ਼ੇਰੀ ਆ ਬਿਲਕੁਲ ਕਿਤੇ ਕੋਈ ਛਿਵਕਾ ਜਾਂ ਕੋਈ ਸਪੌਟ ਨਹੀਂ ਹੈਗਾ ਇਹਦੇ ਵਾਲ ਪੌਰੀਆਂ ਦੀ ਸਾਫ ਆ ਤੇ ਇਹ ਬਾਕਰਪੁਰ ਵਾਲੇ ਨੂਰੇ ਕੋੜੇ ਦੀ ਬੱਚੀ ਆ ਇਸ ਬਸ਼ੇਰੀ ਦੀ ਜਿਹੜੀ ਮਾਂ ਗਈ ਉਹ ਵੀ ਨੁਕਰੀ ਕੋੜੀ ਆ ਦੋਸਤੋ ਚੰਗੀ ਬਣਨ ਵਾਲੀ ਬਸ਼ੇਰੀ ਆ ਗਰਦਨ ਗੁਰਦਨ ਚੰਗੀ ਆ ਬਸ਼ੇਰੀ ਦੀ ਤੇ ਐਨ ਜੜਮਾ ਕਰਨਾ ਪਹਿਲਾਂ ਵੀ ਆਪਾਂ ਇੰਨਾ ਵੀਰਾਂ ਦੀਆਂ ਦੋ ਤਿੰਨ ਵੀਡੀਓ ਪਾਈਆਂ ਨੇਗੀਆਂ ਸੇਲ ਪਰਚੇਜ ਵਾਲੀਆਂ ਬੰਦੇ ਬਹੁਤ ਵਧੀਆ ਨੇ ਤੁਸੀਂ ਫੋਨ ਕਰ ਲਿਓ ਪਿੰਡ ਜਾ ਕੇ ਜਿਨੇ ਕਿਸੇ ਨੇ ਦੋਨੇ ਬਸ਼ੇਰੀਆਂ ਖਰੀਦਣੀਆਂ ਨੇ ਤਾ ਦੋਨਾਂ ਦਾ ਸੌਦਾ ਕਰ ਲਿਓ ਤੇ ਜੇ ਕੱਲੀ-ਕੱਲੀ ਲੈਣੀ ਆ ਤਾਂ ਕੱਲੀ-ਕੱਲੀ ਵੀ ਬਾਈ ਹੋਰੇ ਵੇਚ ਦੇਣਗੇ ਥੋੜਾ ਜਿਹਾ ਚੱਕਰ ਕੀ ਆ ਵੀ ਬਾਈ ਹੋਰਾਂ ਨੇ ਇਹ ਬਸ਼ੇਰੀਆਂ ਰੱਖੀਆਂ ਸੀਗੀਆਂ ਪਹਿਲਾਂ ਪਾਲਣ ਨੂੰ ਤੇ ਹੁਣ ਥੋੜਾ ਜਿਹਾ ਕਹਿੰਦੇ ਵੀ ਖੇਤੀ ਦਾ ਕੰਮ ਧੰਦਾ ਕਰਕੇ ਜਿਵੇਂ ਹੁਣ ਮੂਰੇ ਸੀਜ਼ਨ ਆ ਗਿਆ ਕਪੈਨਾ ਕਪੂਨਾ ਕਹਿੰਦੇ ਚਲਾਉਣੀਆਂ ਨੇ ਤੇ ਘਰੇ ਦੋ ਤਿੰਨ ਘੋੜੀਆਂ ਇਹਨਾਂ ਦੇ ਗੱਬੜ ਨੇ ਕਹਿੰਦੇ ਫਿਰ ਉਹਨਾਂ ਨੂੰ ਸਾਹਮਣ ਦਾ ਔਖਾ ਹੋ ਜੂ ਤਾਂ ਕਰਕੇ ਇਹ ਕਹਿੰਦੇ ਵੀ ਆਪਾਂ ਬਸ਼ੇਰੀਆਂ ਦੋਨੇ ਸੇਲ ਕਰ ਦਿੰਨੇ ਆ ਇਸੇ ਕਰਕੇ ਇਹਨਾਂ ਨੂੰ ਆਪ ਇਹਨਾਂ ਨੇ ਆਪਾਂ ਨੂੰ ਬੁਲਾ ਕੇ ਪੋਸਟ ਪਵਾਈ ਆ ਤੁਸੀਂ ਬਾਈ ਵੀਰ ਦੇ ਨਾਲ ਗਹਿੜਾ ਵਾਲੇ ਦੇ ਨਾਲ ਕਾਲ ਕਰ ਲਿਓ ਨੰਬਰ ਮੈਂ ਇੱਕ ਵਾਰ ਫੇਰ ਤੁਹਾਨੂੰ ਨੋਟ ਕਰਵਾ ਦੇਣਾ 95014 25276 ਵੀਰ ਦਾ ਨਾਮ ਹੈਗਾ ਵੀਰ ਸਿੰਘ ਇਹਦੇ ਤੇ ਤੁਸੀਂ ਕਾਲ ਕਰ ਲਿਓ ਜਿਹੜੀ ਕੋਈ ਰੇਟ ਦੀ ਗੱਲਬਾਤ ਆ ਫੋਨ ਤੇ ਹੀ ਤੁਹਾਨੂੰ ਦੱਸਣਗੇ ਬਾਕੀ ਮੈਨੂੰ ਇੰਨਾ ਪਤਾ ਵੀ ਜਾਇਜ਼ ਮੁੱਲ ਨਾਲ ਦੇ ਦੇਣਗੇ ਬਸ਼ੇਰੀਆਂ ਬਸ਼ੇਰੀਆਂ ਦੇ ਵਿੱਚ ਘਾਟ ਕੋਈ ਨਹੀਂ ਹੈਗੀ ਦੋਨੇ ਰੱਖਣ ਵਾਲੀਆਂ ਜੇ ਕੋਈ ਪਾਲਣਾ ਚਾਹੁੰਦਾ ਵੀਰ ਕੱਲੀ-ਕੱਲੀ ਲੈਣਾ ਚਾਹੁੰਦਾ ਕੋਈ ਨੌਕਰੀ ਖਰੀਦਣਾ ਚਾਹੁੰਦਾ ਤਾਂ ਨੌਕਰੀ ਲੈ ਲਿਓ ਜਿਹੜਾ ਕੋਈ ਮਾਰਵਾੜੀ ਦਾ ਚਾਹ ਬਣਾ ਉਹ ਮਾਰਵਾੜੀ ਲੈ ਲਿਓ ਤੇ ਬਸ਼ੇਰੀਆਂ ਦੇ ਵਿੱਚ ਘਾਟ ਕੋਈ ਨਹੀਂ ਕਿਸੇ ਕਿਸਮ ਦੀ ਕੋਈ ਦਿੱਕਤ ਪ੍ਰੋਬਲਮ ਨਹੀਂ ਹੈਗੀ ਚੰਗੀਆਂ ਦੋਨੇ ਬੰਨ ਵਾਲੀਆਂ ਲੈਣ ਦੀਆਂ ਬਸ਼ੇਰੀਆਂ ਨੇ ਆ ਜਿਹੜੀ ਨੌਕਰੀ ਬਸ਼ੇਰੀ ਆ ਇਹ ਵੀ ਬਹੁਤ ਸੋਹਣੀ ਆ ਬਾਕੀ ਉਮਰ ਦੇ ਹਿਸਾਬ ਨਾਲ ਚੰਗੀ ਗਰੋਥ ਕਰ ਰਹੀਆਂ ਨੇ ਥੋੜਾ ਜਿਆ ਕੀ ਹੁੰਦਾ ਵੀ ਜਦੋਂ ਆਪਾਂ ਬਾਹਰ ਅੰਦਰ ਜਾਨਵਰ ਨੂੰ ਘੱਟ ਕੱਢਦੇ ਆ ਘਰੇ ਖੁਲਣੀ ਤੇ ਖੜਾ ਮੜਾ ਮੋਟਾ ਪੇਟ ਦਾ ਤਾਂ ਤੁਹਾਨੂੰ ਪਤਾ ਹੀ ਆ ਬੱਚੇ ਦਾ ਉਸ ਹਾਵ ਨਾਲ ਹੋ ਜਾਂਦਾ ਸੋ ਅਗਲੀ ਵਾਰ ਫਿਰ ਕਿਸੇ ਨਵੀਂ ਵੀਡੀਓ ਨੂੰ ਲੈ ਕੇ ਆਵਾਂਗੇ ਤਦ ਤੱਕ ਲਈ ਮੈਨੂੰ ਬੇਅੰਤ ਮਾਨ ਨੂੰ ਦਿਓ ਇਜਾਜ਼ਤ ਤੇ ਜੁੜੇ ਰਹੋ ਸਾਡੇ ਚੈਨਲ ਪਿੰਡੂ ਜ਼ਿਮੀਦਾਰ ਨਾਲ ਧੰਨਵਾਦ ਜੀ ਦੋਸਤੋ